ਜ਼ਿੰਦਗੀ ਯਾ ਹਾਂਜੀ ਲਾ 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 ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਕੀ ਹਾਲ ਚਾਲ ਹੈ ਹਾਂਜੀ ਠੀਕ ਠਾਕ ਤੁਮੀਦਾਂ ਠੀਕ ਨੇ ਹਾਂਜੀ ਹਾਏ ਤੂੰ ਸੁਣਾ ਅੱਜ ਬੜੀ ਲਾਸ਼ਪਸ਼ ਕਰ ਰਹੀ ਹੈ ਰਹੀਤ ਅੱਛੀ ਲੱਗ ਰਹੀ ਹੈ ਨਾ ਮੈਂ ਹਾਂ ਹਾਂ ਲੈ ਕਿਹੜਾ ਦਿਨ ਜਦੋਂ ਤੂੰ ਬੁਰੀ ਲੱਗੀ ਹੋਵੇ ਮੈਨੂੰ ਇਹ ਦੱਸ ਕੋਈ ਐਸਾ ਦਿਨ ਦਾ ਬਸ ਕਰਿਆ ਗੁਰੂ ਐਨੀ ਤਾਰੀਫ ਨਾ ਕਰਿਆ ਕਰੋ ਮੈਂ ਅੱਛਾ ਤੂੰ ਮੈਨੂੰ ਨਹੀਂ ਅੱਜ ਪੁੱਛ ਰਹੀ ਕਿ ਤੁਸੀਂ ਖੁਸ਼ ਕਿਉਂ ਹੋ ਅੰਨਾ ਤੁਸੀਂ ਕਿਉਂ ਖੁਸ਼ ਆ ਕੀ ਗੱਲ ਹੋਈ ਪੁੱਛ ਕੇ ਲਿਆ ਤਾ ਕੀ ਲਿਆ ਤੂੰ ਮੇਰੇ ਚਿਹਰੇ ਤੋਂ ਅਦਾ ਹੀ ਨਹੀਂ ਲਾ ਸਕੀ ਕਿ ਮੈਂ ਹੈਪੀ ਹੈਪੀ ਆਇਆ ਹਾਂ ਕਿਸ ਗੱਲ ਤੂੰ ਖੁਸ਼ ਹੋ ਤੁਸੀਂ ਮੈਨੂੰ ਇਹ ਵੀ ਤੇ ਦੱਸੋ ਮੇਰੇ ਅੱਗੇ ਸਰਪ੍ਰਾਈਜ਼ ਆ ਮੇਰੇ ਲਈ ਹਾਂ ਸੱਚੀ ਸੱਚੀ ਮੁੱਚੀ ਦਿਓ ਕਿਥੇ ਸੁਣ ਦੱਸ ਤੇ ਰਿਹਾ ਵਾ ਸਰਪ੍ਰਾਈਜ਼ ਆ ਦੱਸੋ ਤੈਨੂੰ ਦੱਸ ਦਿੱਤਾ ਦੱਸੇ ਸਰਪ੍ਰਾਈਜ਼ ਨਹੀਂ ਰਹਿਣਾ ਫਿਰ ਮੈਂ ਸੋਚਣ ਲਿਆ ਕਿ ਜੇ ਤੈਨੂੰ ਸਰਪ੍ਰਾਈਜ਼ ਦਿੱਤਾ ਤਾਂ ਫਿਰ ਤੇਰੇ ਕਿੰਨੇ ਹੀ ਮਹਿਮਾਨ ਰਹਿ ਜਾਣਗੇ ਤੇਰੀ ਅਸੇਲੀਆ ਰਹਿ ਜਾਣਗੀਆਂ ਤੇ ਨਿਹਾਜ਼ਾ ਸਰਪ੍ਰਾਈਜ਼ ਨੂੰ ਦੱਸ ਹੀ ਦੇ ਆਂ ਬੁੱਝ ਨਾ ਵੜਾ ਕੀ ਉਹ ਸਾਡਾ ਸਰਪ੍ਰਾਈਜ਼ ਸਰਪ੍ਰਾਈਜ਼ ਬੁੱਝ ਹਾਲ ਮੇਰੇ ਲਈ ਆਈਫੋਨ ਲਿਆ ਹੋਣਾ ਤੁਸੀਂ ਮੈਂ ਫੋਨ ਅਗਰ ਦੋਨੂੰ ਹੀ ਆਈਫੋਨ ਲਿਆ ਹੋਣਾ ਮੈਨੂੰ ਯਾਦ ਆਇਆ ਮੈਂ ਸ਼ਾਇਦ ਤੇਰੇ ਆ ਭਾਈ ਨਹੀਂ ਤੇਰੇ ਆ ਤੇ ਆਈਫੋਨ ਨਹੀਂ ਉਹੀ ਫੋਨ ਲੈ ਕੇ ਦੇਣਾ ਤੈਨੂੰ ਯਾਰ ਇਸ ਤੋਂ ਵੱਡਾ ਸਰਪ੍ਰਾਈਜ਼ ਆ ਇਸ ਤੋਂ ਵੱਡਾ ਇਸ ਤੋਂ ਵੱਡਾ ਹੋ ਸਕਦਾ ਹੈ ਕਿ ਇਹ ਹਾਂ ਅ ਤਿੰਨ ਮਿੰਟ ਅਧਰ ਕੋ ਇਹ ਅੱਬਾ ਜੀ ਨੇ ਬਿੱਲ ਤੇ ਸਾਈਨ ਕਰਤੇ ਨੇ ਕਿੱਧਰ ਤੇ ਵੀਰੋਂ ਤੇ ਨਹੀਂ ਕੀ ਕੋਲ 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 ਹਾਂ ਮੇਰੀ ਸੱਸ ਮਰ ਗਈ ਹੋਣੀ ਮੇਰੀ ਮਰ ਗਈ ਮਰੀ ਸੱਸ ਹੀ ਹੈ ਸਰਪ੍ਰਾਈਜ਼ ਕਹਿੰਦੇ ਆ ਇਹ ਸਰਪ੍ਰਾਈਜ਼ ਹੁੰਦਾ ਅੱਛਾ ਐ ਤਾਂ ਬੁਰੀ ਖਬਰ ਹੁੰਦੀ ਹੈ ਤੇ ਮੇਰੇ ਲਈ ਗੱਡੀ ਲਈ ਹੋਣੀ ਤੁਸੀਂ ਤੈਨੂੰ ਗੱਡੀ ਦੇ ਥੱਲੇ ਦੇ ਦੇਣਾ ਐ ਸਰਪ੍ਰਾਈਜ਼ ਯਾਰ ਤੂੰ ਪੁੱਛ ਵੀ ਨਹੀਂ ਸਕਦਾ ਅੱਛਾ ਤੂੰ ਹਿੰਟ ਦੇਣਾ ਹਿੰਟ ਦੇਣਾ ਹਿੰਟ ਹਾਂ ਹਾਂ ਚਲ ਹਿੰਟ ਦੇ ਜੇ ਤੂੰ ਨਾ ਨਾ ਪੁੱਝਿਆ ਤੇ ਜੁਰਮਾਨਾ ਪੈ ਜਾਣੀ ਹਾਂ ਠੀਕ ਪੱਕੀ ਗੱਲ ਹੈ ਲੋ ਜੀ ਸਮਝ ਲਓ ਐਚ ਨਾਲ ਸ਼ੁਰੂ ਹੁੰਦਾ ਹੈ ਐਚ ਨਾਲ ਐਚ ਨਾਲ ਐਚ ਨਾਲ ਹੁੰਦਾ 70 ਹੋ ਨਹੀਂ ਅੱਛਾ ਐਚ ਨਾਲ ਐਚ ਨਾਲ ਹੀਰੇ ਦੀ ਉਂਗੂਠੀ ਨਹੀਂ ਉਹ ਹੈ ਨਾਲ ਹੁੰਦਾ ਇਹ ਇਹ ਰੇਲੀ ਫਰਾ ਐਚ ਨਾਲ ਫਿਰ ਮੇਰੇ ਲਈ ਕੋਈ ਹਾਊਸ ਲੈ ਆ ਤੁਸੀਂ ਹਾਊਸ ਨਹੀਂ ਤੇ ਨੂੰ ਸਿਰਫ ਹਾਊਸ ਵਾਈਫ ਬਣਾਇਆ ਅੱਛਾ ਨਹੀਂ ਮੈਂ ਦੱਸਦਾ ਕਿੰਨਾ ਜੇ ਤੂੰ ਬੋਝ ਲਿਆ ਠੀਕ ਇੰਨੀ ਤੇ ਸਰਪ੍ਰਾਈਜ਼ ਐਂਡ ਅੱਛੇ ਤਾਨੂੰ ਹੱਥ ਕੜੀ ਲੱਗਣ ਵਾਲੀ ਮੈਂ ਤੇਰੇ ਪਿਛਲੇ ਦੇ ਘਰ ਦੇ ਬੰਬ ਸੁੱਟਾ ਇਹ ਜਿਹੜੀ ਮੈਨੂੰ ਹੱਥ ਕੜੀ ਲੱਗਣੀ ਹੁਣ ਐਚ ਨਾਲ ਮੈਂ ਅੱਛਾ ਚਲੋ ਦੱਸੋ ਫੋਰ ਨੈਕਸਟ ਹਿੰਟ ਹਾਂ ਨੈਕਸਟ ਆ ਆਖਰ ਦੇ ਤੇ ਆਂਦਾ ਵਾ ਯੂ ਯੂ ਮਤਲਬ ਇਹ ਅਸੀਂ ਉਮਰਾ ਕਰਨ ਜਾ ਰਹੇ ਹਾਂ ਨਹੀਂ ਤੇਰਾ ਬੈਨੂ ਹੀ ਉਮਰ ਆ ਰਿਹਾ ਨਹੀਂ ਇਹ ਸਰਪ੍ਰਾਈਜ਼ ਤੇ ਨਹੀਂ ਉਹ ਜਿੱਤੇ ਨੂੰ ਗੱਲਾਂ ਸਾਰੀਆਂ ਯਾਦ ਨੇ ਅਗਲੇ ਪਿਛਲੇ ਆ ਦੀਆਂ ਬੁਰਾਈਆਂ ਤੈਨੂੰ ਯਾਦ ਆ ਉਹਨੇ ਮਹੱਲੇ ਚ ਐ ਕੀਤਾ ਉਹਨੇ ਖਾਨ ਦਾ ਜ ਐ ਕੀਤਾ ਤੈਨੂੰ ਐ ਨਹੀਂ ਯਾਦ ਆ ਰਿਹਾ ਕਿ ਮਤਲਬ ਇਹ ਕੀ ਬਣਦਾ ਉਹ ਮਤਲਬ ਅੰਬਰੀਲਾ ਅੰਬਰੀਲਾ ਲੈ ਕੇ ਆਏ ਹੋਗੇ ਤੁਸੀਂ ਨਹੀਂ ਅੰਬ੍ਰੇਲਾ ਮੱਕੇ ਲਾ ਲੈ ਗਿਆ ਉਹ ਯਾਰ ਸਰਪ੍ਰਾਈਜ਼ ਹੁੰਦਾ ਮਰੇ ਬੰਦ ਕੋਈ ਨਹੀਂ ਤੁਹਾਡੇ ਚਾਹ ਚ ਪੀਓ ਕੇ ਖਾਣਾ ਤੁਸੀਂ ਕਿਲ ਆਹੋ ਤੇਰੇ ਅੱਬੂ ਨੂੰ ਲੈ ਕੇ ਦੇਣੇ ਉਹਨਾਂ ਦੇ ਦੰਦ ਨਹੀਂ ਹੈਗੇ ਉਹ ਵੀ ਮੈਨੂੰ ਪਾ ਦੇ ਮੈਂ ਲਵਾ ਕੇ ਦੇਣੇ ਕਿਨੇ ਉਹ ਯਾਰ ਸਰਪ੍ਰਾਈਜ਼ ਉਹ ਜ ਤੂੰ ਫੇਰ ਉਹ ਗੱਲਾਂ ਹਾਂ ਹਾਂ ਯੂੰ ਮਤਲਬ ਨਹੀਂ ਨਾ ਮੁਝੇ ਮੀ ਐਂਡ ਯੂ ਮੀ ਐਂਡ ਯੂ ਨਹੀਂ ਮੀ ਐਂਡ ਨਹੀਂ ਨਹੀਂ ਮੀ ਐਂਡ ਯੂ ਫਿਟ ਐਮ ਨਹੀਂ ਇਹ ਸਰਪ੍ਰਾਈਜ਼ ਹੁੰਦਾ ਬਿਟੇ ਮੂੰ ਅੱਛਾ ਚਲੋ ਹੋਰ ਅ ਅਸੀਂ ਯੂਨੀਵਰਸ ਦੀ ਸੈਰ ਕਰਨ ਜਾ ਰਹੇ ਹਾਂ ਸਰਪ੍ਰਾਈਜ਼ ਕਿਆ ਦੀ ਯੂਨੀਵਰਸ ਪੂਰੀ ਦੁਨੀਆ ਦੀ ਹਾਂ ਇਹ ਤੇਰਾ ਚਾਹ ਤੇਰੇ ਦਿਲ ਚ ਰਹਿ ਜਾਣਾ ਇਹ ਹੁੰਦਾ ਸਰਪ੍ਰਾਈਜ਼ ਮੈਂ ਇੰਜ ਤੈਨੂੰ ਦੇਣਾ ਸੀ ਮੈਂ ਤੈਨੂੰ ਕਹਿੰਦਾ ਸੀ ਤਿਆਰੀ ਕਰ ਅ ਤੁਸੀਂ ਜਿਮ ਜੁਆਇਨ ਕਰ ਰਹੇ ਹੋ ਤਾਂ ਕਿ ਤੁਹਾਡਾ ਟਿੱਡ ਘਟੇ ਬੜੀ ਗੱਲ ਹੈ ਸਰਪ੍ਰਾਈਜ਼ ਵਹੀ ਗੱਲ ਆ ਨਹੀਂ ਸਰਪ੍ਰਾਈਜ਼ ਕੀ ਹੋ ਸਕਦਾ ਅਕੜੇ ਤੈਨੂੰ ਕਦੋਂ ਮੈਂ ਲੈ ਕੇ ਦਿੱਤੇ ਸੀ ਕੜੇ ਨੂੰ ਕੜੇ ਮੈਂ ਕਦੋਂ ਦਿੱਤੇ ਸੀ ਇਹ ਜਿਹੜੀ ਹਾਂ ਇਹ ਤੁਸੀਂ ਮੈਨੂੰ ਇਹ ਜਿਹੜਾ ਉਹ ਆਪਾਂ ਕਿਨਾਲ ਦਾ ਮਰੀ ਗਏ ਸੀ ਮੇਰੇ ਨਾਲ ਮੈਂ ਤੇਰੇ ਸਿਰ 'ਚ ਇਹ ਬੈਕ ਕੱਢ ਮਾਰਨਾ ਐਵੇਂ ਮਰੀ ਦੇ ਤਰ੍ਹਾਂ ਤੈਨੂੰ ਇਹ ਚੂੜੀਆਂ ਤੈਨੂੰ ਕਦੋਂ ਉਹ ਲਾ ਦਿੱਤੀਆਂ ਯਾਰ ਇਹ ਯਾਦ ਇਹ ਉਹ ਚੀਜ਼ਾਂ ਨੇ ਜਿਹੜੀਆਂ ਨਹੀਂ ਭੁੱਲਣ ਵਾਲੀਆਂ ਤੇ ਤੂੰ ਭੁੱਲ ਹੀ ਨਹੀਂ ਨਹੀਂ ਐ ਕਦੋਂ ਦਿੱਤੀਆਂ ਇਹ ਵਲੀਆਂ ਹਾਂ ਇਹ ਜਦੋਂ ਅਸੀਂ ਆਪਣਾ ਤਾਲਾ ਬਲਕੀਸ ਮਰੀ ਉਹਦੋਂ ਤੁਸੀਂ ਮੈਨੂੰ ਨਹੀਂ ਨਹੀਂ ਕਹਦੇ ਹੈ ਨਹੀਂ ਸ਼ੇਰੀ ਹਾਂ ਜਦੋਂ ਅਸੀਂ ਪਿੰਡ ਹੀ ਗਏ ਸਾਂ ਤੇ ਉਹ ਆਪਣਾ ਉਹ ਜਿੱਥੇ ਉਹ ਲੋਹੇ ਦੀ ਦੰਦੀ ਦੇ ਉੱਤੇ ਜਾਂਦੇ ਤੇ ਰਸਤੇ 'ਚ ਬੰਦਰ ਆਉਂਦੇ ਨੇ ਨਾ ਕਿੰਨੇ ਵੱਡੇ ਹਣਾ ਯਾਦ ਹੈ ਤੁਹਾਨੂੰ ਜਦੋਂ ਉੱਥੇ ਇੱਕ ਔਰਤ ਇੰਜ ਕਰਕੇ ਬਾਂਦਰਾ ਨੂੰ ਇੰਜ ਚਨੇ ਪਾ ਰਹੀ ਸੀ ਤੇ ਉਹਦੇ ਹੱਥ ਦੇ ਵਿੱਚ ਐਕਣੇ ਸੀ ਤੇ ਤੁਸੀਂ ਬਾਂਦਰ ਦੇ ਨਾਲ ਬੈਠ ਕੇ ਚੰਨੀ ਫੜਦੇ ਹੋ ਫੜਦੇ ਉਹਦੇ ਉੱਥੋਂ ਲਾਏ ਸੀ ਹਣਾ ਹਾਂ ਮਚੋਰ ਯਾਦ ਆ ਗਿਆ ਲੋਹੇ ਦੀ ਦੰਦੀ ਤੇ ਗਏ ਸੀ ਨਹੀਂ ਨਹੀਂ ਨਾ ਅੱਛਾ ਕੋ ਹੋਰ ਹੋਰ ਤੈਨੂੰ ਇਹ ਨਹੀਂ ਯਾਦ ਮੈਂ ਤੈਨੂੰ ਕਦੋਂ ਦੇ ਦਿਨ ਤੇ ਤੈਨੂੰ ਕਦੋਂ ਸਮਝ ਆਣੀ ਅੱਛਾ ਚੱਲ ਇੱਕ ਹੋਰ ਨੇੜੇ ਦੱਸਣਾ ਅਗਲੇ ਹਫਤੇ ਆਣ ਵਾਲੇ ਅਗਲੇ ਹਫਤੇ ਆਣ ਵਾਲੇ ਬਿਜਲੀ ਦਾ ਬਿੱਲ ਨਹੀਂ ਯਾਰ ਉਹ ਤਾਂ ਹਰ ਮਹੀਨੇ ਹੀ ਆਉਂਦਾ ਐ ਕਦੀ ਕਦੀ ਆਉਂਦਾ ਵਾ ਕਦੀ ਇੱਕ ਦਿਨ ਆਉਂਦਾ ਵਾ ਸਾਲ 'ਚ ਇੱਕ ਦਿਨ ਆਉਂਦਾ ਵਾ ਅਲਾ ਹੋਰ ਦਿਨ ਉਹ ਇੰਡ ਦੇ ਦਿੰਦਾ ਮੈਂ ਅੱਛਾ ਹੋਰ ਦਿਨ ਕਿਉਂ ਅੱਛਾ ਦੇ ਦਿੰਦਾ ਮੈਂ ਬਸ ਇੱਕ ਮਿੰਟ ਮੈਨੂੰ ਕੋਈ ਕਹਵੇ ਤਾਂ ਮੈਂ ਇੱਕ ਮਿੰਟ ਜਿ ਬੁੱਝ ਲੈਣਾ ਵਾ ਤੂੰ ਕਹਿ ਰੋ ਮੈਂ ਤੈਨੂੰ ਇੱਕ ਮਿੰਟ ਹੀ ਦੇ ਦੇਣਾ ਹਲਾ ਕੀ ਹੁੰਦਾ ਮੈਂ ਤੈਨੂੰ ਇਹਨਾਂ ਦੇ ਤੱਕ ਅਗਲੇ ਮਹੀਨੇ ਅਗਲੇ ਹਫਤੇ ਜਾਣ ਆਲਾ ਵਾ ਅਗਲੇ ਮਹੀਨੇ ਹਫਤੇ 'ਚ ਤੇ ਆਪਣਾ ਤੂੰ ਮੈਨੂੰ ਇਹਦੇ ਕਿਉਂ ਦੇ ਮੈਂ ਤੈਨੂੰ ਇੱਕ ਮਿੰਟ ਜਿ ਬੁੱਝ ਦੇਣਾ ਤੁਹਾਡਾ ਭਰਾ ਬਾਹਰੋਂ ਆ ਰਿਹਾ ਜਿਹੜਾ ਉਹ ਨਹੀਂ ਆ ਰਹੀ ਔਰ ਐਸਾ ਸਰਪ੍ਰਾਈਜ਼ ਅਗਲੇ ਹਫਤੇ ਕਿ ਤੂੰ ਮੈਨੂੰ ਕਿਹਾ ਮੈਂ ਤੇ ਰਿਕਮੈਂਡੀ ਦੱਸ ਦੇਣਾ ਉਹਦਾ ਕੀ ਹੁੰਦਾ ਅੱਛਾ ਅਗਲੇ ਹਫਤੇ ਕੀ ਹੁੰਦਾ ਹੈਪੀ ਬਰਥਡੇ ਟੂ ਯੂ ਓਹ ਐਮ ਕੀ ਮੇਰਾ ਵਰਡੇ ਹਲਾ ਓਹ ਫੁੱਲ ਫੁੱਲ ਮਦਿਆਂ ਨਾਲ ਤੇ ਫੁੱਲ ਜਸ਼ਨਾਂ ਨਾਲ ਐ ਤੈਨੂੰ ਮੈਂ ਪਿਛਲੇ ਸਾਲ ਸਾਲਗिरा ਦੇ ਦਿੱਤਾ ਸੀ ਤੇ ਐ ਤੈਨੂੰ ਮੈਂ ਉਸ ਤੋਂ ਪਿਛਲੇ ਸਾਲ ਤੁਲੀ ਮਿਲਨੀ ਹੈ ਤੁਹਾਰੇ ਸ਼ਾਇ ਉਹ ਇਹ ਮੇਰੇ ਜ਼ੇਨ ਚ ਹੀ ਨਹੀਂ ਰਿਹਾ ਹੋ ਨਾ ਤੇਰੇ ਬੁੜਾ ਹੀ ਜ਼ੇਨ ਚ ਆਉਂਦੀਆਂ ਨੇ ਵੈਸੇ ਕਿੰਜ ਲੈਣੇ ਨੇ ਕਿ ਸਿਆਪੇ ਕਿੰਜ ਪਾਉਣੇ ਨੇ ਐ ਨਹੀਂ ਤੈਨੂੰ ਜੀ ਹੁਣ ਮੈਨੂੰ ਪੁੱਛ ਮੈਂ ਸਰਪ੍ਰਾਈਜ਼ ਦੇ ਰਿਆ ਸੀ ਜਿਹੜਾ ਮੈਂ ਤੈਨੂੰ ਦੱਸ ਮੰਨੀ ਸੀ ਜਾਂਦਾ ਲੇਕਿਨ ਦਸੇਮ ਐਸੇ ਵਜਾ ਦੋਗੇ ਕਿ ਸਾਰੇ ਮਹਿਮਾਨ ਆ ਜਾਣ ਹਾਏ ਜ਼ਾਹਰੀ ਗੱਲ ਹੈ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਤੁਸੀਂ ਤੁਹਾਨੂੰ ਮੇਰੀ ਸਾਲਗिरा ਦਾ ਦਿਨ ਯਾਦ ਹੈ ਤੇ ਤੁਸੀਂ ਸਰਪ੍ਰਾਈਜ਼ ਵੀ ਲੈ ਕੇ ਆਏ ਹੋ ਵੋਵੇ ਸਰਪ੍ਰਾਈਜ਼ ਲੈ ਕੇ ਨਹੀਂ ਆਇਆ ਬੁੱਕ ਰਾਕੇ ਆਏ ਉੱਕਰਾ ਗਿਆ ਇਸ ਰੀਨਾ ਹੋਟਲ ਨਾ ਕਰੋ ਆਨਾ ਬਰਥਡੇ ਵਾਸਤੇ ਬਰਥਡੇ ਵਾਸਤੇ ਪਾਗਲੇ ਹੈ 2 ਲੱਖ ਰੁਪਏ ਦਾ ਹਾਲ ਬੁੱਕ ਹੋਇਆ ਸਿਰਫ ਸਿਰਫ ਕੀ ਹੁੰਦਾ ਵਾ ਮਤਲਬ ਕਿ ਸਿਰਫ 2 ਲੱਖ ਰੁਪਏ ਦਾ ਤੁਸੀਂ ਹਾਲ ਹੀ ਸਿਰਫ ਕਰਵਾਇਆ ਹੈ ਰੁਪਏ ਦਾ ਹਾਲ ਬੁੱਕ ਕਰਵਾਇਆ ਮੇਰੇ ਲਈ ਹਾਂ ਜੀ ਹੋਏ ਉਹ ਮੈਨੂੰ ਇੰਨਾ ਪਿਆਰ ਕਰਦੇ 300 ਮਹਿਮਾਨ ਹੋਣੇ ਸਿਰਫ ਸਿਰਫ ਕੀ ਮਤਲਬ ਹੈ ਮਤਲਬ ਕਿ ਹੋਰ ਵੀ ਗੈਸਟ ਬੁਲਾ ਸਕਨੇ ਸੀ ਕੀ ਮਤਲਬ ਮੈਂ ਭੈਣ ਦੇ ਦਿਨ ਰ ਬੈਠਾ ਮੈਂ ਬਰਾਤ ਬੁਲਾਉਣੀ ਉੱਤੇ ਮੈਂ ਤੇਰੀ ਸਾਲਗਿਰੀ ਆ ਤੇ 300 ਬੰਦਾ ਥੋੜਾ ਹੁੰਦਾ ਪਾਗਲੇ ਕਿੰਨਾ ਖਰਚਾ ਹੋਣਾ ਤੈਨੂੰ ਪਤਾ ਸ਼ਰੀ ਤੁਸੀਂ ਇੰਨਾ ਪਿਆਰ ਕਰਦੇ ਹੋ ਮੈਨੂੰ ਕੀ ਜ਼ਰੂਰਤ ਸੀ ਇੰਨਾ ਖਰਚਾ ਕਰਨ ਦੀ ਤੁਸੀਂ ਰਹਿਣ ਦਿੰਦੇ ਨਾ ਉੱਗੇ ਤੇ ਸੋਨਾ 300 ਬੰਦੇ ਦਾ ਰੇਂਜ ਆ ਪੰਜ ਡਿਸ਼ਾਂ ਗਈਆਂ ਨਹੀਂ ਹਾਂਜੀ ਦੋ ਸਵੀਡਿਸ਼ਾਂ ਨਹੀਂ ਅੱਛਾ ਨਾਲ ਚਾਹੇ ਨਾਲ ਪੇਸਟਰੀ ਵਹੀ ਫੁੱਲ ਬੇਤਰੀ ਨਿਜ਼ਾਮ ਹੈ ਹਾਂਜੀ ਖਾਣਾ ਖਾਣਾ ਤੁਹਾਨੂੰ ਪਤਾ ਕਿੰਨਾ ਬਿੱਲ ਨਾ ਬਣਾਇਆ ਕਿੰਨਾ ਸਾਢੇ 4 ਲੱਖ ਰੁਪਏ ਦਾ ਖਾਣਾ ਹਾਂਜੀ ਜਿਹੜਾ ਮੈਂ ਤੁਹਾਡੇ ਹੱਥ ਕੀਆ ਸਿਰਫ ਹਾਂਜੀ ਸਿਰਫ ਨਹੀਂ ਸਾਢੇ 4 ਲੱਖ ਨਾ ਚੰਗਾ ਕਿਸੇ ਗਰੀਬ ਨੂੰ ਮੈਂ ਦਿਆਂ ਨਾ ਕਿ ਉਹਨੇ ਆਪਣੀ ਧੀ ਭੈਣ ਵਿਆਹ ਲੈਣੀ ਗਰੀਬ ਨੇ ਤੂੰ ਸਿਰਫ ਕਹੀ ਜਾਨੀ ਤੇਰੀ ਜਾਨ ਹੀ ਨੀ ਗਿੱਲੀ ਹੁੰਦੀ ਮੈਂ ਇਹ ਗੱਲ ਕਰ ਰਹੀ ਆ ਕਿ ਤੁਸੀਂ ਮੇਰੇ ਨਾਲ ਇੰਨਾ ਪਿਆਰ ਕਰ ਰਹੇ ਹੋ ਇੰਨਾ ਖਰਚਾ ਕਰ ਰਹੇ ਹੋ ਤੈਨੂੰ ਲਈ ਤੈਨੂੰ ਲਈ ਯਕੀਨ ਕਿ ਮੈਂ ਤੇਰਾ ਕਿੰਨਾ ਪਿਆਰ ਕਰਦਾ ਇਹ ਕੀ ਲੋਰਸੀ ਸ਼ੇਰੀ ਰਹਿਣ ਦੇਣਾ ਸੀ ਨਾ ਅੱਗੇ ਤੇ ਸੁਣ ਕੇਕ ਦਾ ਆਰਡਰ ਵੀ ਦੇ ਆ ਮੈਂ ਅੱਜ ਮੈਂ ਕਿਹਾ ਮੇਰੀ ਬੇਗਮ ਅੱਜ ਨਾ ਮੇਰੀ ਜਾਨ ਖੁਸ਼ ਹੋ ਜਾਵੇ ਹਾਏ ਅਥਿੰ ਆ 40 ਪਾਉਂਡ ਦਾ ਥੱਲੇ ਹੈ ਐਡਾ ਕੇਕ ਉਸ ਐਡਾ ਮੋਟ ਹਾਂ ਤੇ ਉਹਦੇ ਉੱਤੇ ਤੇਰੀ ਤਸਵੀਰ ਐ ਕਰਕੇ ਪੂਰੀ ਮੈਂ ਬਣਾਈ ਉਹ ਤੇ ਐ ਤੂੰ ਖਲੋਤੀ ਹੋਈ ਮੇਰੇ ਫੋਟੋ ਹਾਂ ਕੇਕ ਤੇ ਹਾਂ 50000 ਰੁਪਏ ਦਾ ਕੇਕ ਬਣਨੀ ਸਿਰਫ ਹਰ ਗੱਲ ਤੇ ਸਿਰਫ ਕਿਉਂ ਪਾਉਣੀ ਹੈ 50000 ਦਾ ਮੂੰਹ ਨਹੀਂ ਕੋਣ ਖਾਂਦੇ 50000 ਦਾ ਕੇਕ ਨਹੀਂ ਹੀ ਗੱਲ ਕਰ ਰਹੀ ਹਾਂ ਹੋਏ ਇਹ ਨਾ ਕੇਕ ਦੇ ਉਹਦੇ ਮੈਂ ਹੀ ਪਾਗਲ ਮੈਂ ਹੀ ਕਦਰ ਨਹੀਂ ਕਰਦੀ ਆਪਣੇ ਬੰਦੇ ਦੀ ਤੂੰ ਸੁਣ ਮੈਂ ਇੰਨਾ ਪਿਆਰ ਕਰਦੀ ਹਾਂ ਮੇਰੀ ਖਾਤਰ ਸਾਰਾ ਕੁਝ कुर्बान ਕਰਨ ਲਈ ਤਿਆਰ ਹੋ ਗਈ ਸ਼ੇਰ ਖਾਤਰ ਤਾਂ ਮੈਂ ਆਪਣੀ ਜਾਨ ਵੀ ਦੇ ਸਕਦਾ ਐ ਕੀ ਦੁਨੀਆ ਕੀ ਚੀਜ਼ ਉਹਦੇ ਵਾਸਤੇ ਛੁਰੀ ਨਹੀਂ ਲੈਂਦੀ ਤਲਵਾਰ ਨਵੀਂ ਮਕੂਨਕ ਬਣਵਾ ਵੱਡੀ ਯਾਨੀ ਕਿ ਮਤਲਬ ਕਟਣ ਲੱਗਿਆ ਟੈਨਸ਼ਨ ਨਾ ਹੋਵੇ ਥੰਨੇਉ ਨਹੀਂ ਕਟਨੀ ਦੋ ਹਾਂ ਉਤੋਂ ਇੱਥੋਂ ਰੱਖ ਕੇ ਅੰਜ ਜੀਰਾ ਮਾਰਨਾ ਤਾਂ ਕਿਨੂੰ ਜਿਹੜੀ ਤੇਰੀ ਉੱਤੇ ਮੈਂ ਗੁੱਡੀ ਦੀ ਤਸਵੀਰ ਬਣਾਈ ਅੱਛਾ ਅੱਛਾ ਉਹ ਐਂਜ ਕਟਣੀ ਹਾਂਜੀ ਐਂਜ ਲੱਗ ਥੱਲੇ ਤਾਂ ਬਸ ਠੀਕ ਹੈ ਹੁਣ ਵੀ ਕਿਹਾ ਸਿਰਫ ਕਹਿਣਾ ਸਿਰਫ ਕਟਣੀ ਅੱਛਾ ਉਹ ਐਂਜ ਕਰਕੇ ਮਤਲਬ ਇਹ ਦਿਨ ਜੀ ਬੰਦ ਦਿਨ ਫੂ ਕੋਰ ਮਾਰਨ ਜਾਏਗਾ ਸ਼ੇਰੀ ਵਾਲਨ ਦੀ ਲੋੜ ਹੀ ਕੋ ਨਹੀਂ ਉੱਤੇ ਵਾਲਨ ਨੂੰ ਅੱਗ ਪਾਉਣੀ ਬਸ ਚਲੋ ਬੱਖਾ ਲਾਣ ਬੰਦ ਹੋ ਜਾਣੀ ਹਰਸ਼ੀ ਹੈਪੀ ਬਰਥਡੇ ਟੂ ਯੂ ਬਹਿ ਜਾਣਾ ਅੱਗੇ ਵੀ ਤੇ ਸੁਣ ਐ ਤੇ ਕੇਕ ਵੱਡਾ ਸੀ ਉੱਠਣਾ ਪਿਆ ਅੱਛਾ ਜੀ ਮੈਂ ਕਹਿ ਰਹੀ ਸਾਂ ਇਨਾ ਖਰਚਾ ਕਰਨ ਦੀ ਜਿੰਨਾ ਤੁਸੀਂ ਮੈਨੂੰ ਪਿਆਰ ਕਰਦੇ ਹੋ ਨਾ ਤੁਸੀਂ ਮੈਨੂੰ ਭਾਵੇਂ ਸਿਰਫ ਇੱਕ ਫੁੱਲ ਹੀ ਲੈ ਆਂਦੇ ਨਾ ਮੇਰੀ ਘਰ ਤੇ ਫੁੱਲ ਲੈ ਤੇਰੇ ਵਾਸਤੇ ਅੱਗੋਂ ਮੈਂ ਕੀ ਕੀਤਾ ਅੱਛਾ ਕੀ ਕੀਤਾ ਜਿਹੜਾ ਤੈਨੂੰ ਗਿਫਟ ਕਰਨਾ ਸੋਨੇ ਦਾ ਸੈੱਟ ਹੋਈ ਮਾ ਗਿਆ ਸਾਰੀ ਕੜੇ ਨਹੀਂ ਦੇਦੇ ਸੱਚੀ ਮੁੱੱਚੀ ਹਾਂ ਸੋਨੇ ਦਾ ਸੈੱਟ ਜਿਹੜਾ ਕੱਲ ਅਸੀਂ ਵੇਖ ਕੇ ਆਏ ਹਾਂ ਜਿਹੜਾ ਵੇਖ ਕੇ ਆਏ ਤੈਨੂੰ ਐਸੇ ਗੱਲੋਂ ਮੈਂ ਬੁਖਾਇਆ ਸੀ ਕਿ ਪਸੰਦ ਆ ਜਾਏ ਤਾਂ ਮੈਂ ਸਾਲਗिरा ਤੇ ਗਿਫਟ ਕਰਨਾ ਅੱਛਾ ਕੱਲ ਮੇਰੇ ਵੀ ਨਹੀਂ ਜ਼ੇਨ ਚ ਆਇਆ ਕਿ ਮੇਰੀ ਸਾਲਗिरा ਲਈ ਮੈਨੂੰ ਵਖਾਣ ਦੇਓ ਤੁਸੀਂ ਹੋਏ ਤੁਸੀਂ ਮੇਰੇ ਨਾਲ ਇੰਨਾ ਪਿਆਰ ਕਰਦੇ ਹੋ ਸ਼ੇਰੀ ਅਗੋ ਸੋਣ ਤੇਰੀ ਜਿੰਨੀਆਂ ਉਸ਼ਵੀਨੀ ਉਹਦਾ ਤੇਰੀ ਖਾਤਰ ਇਹਦੇ ਪੈਸਿਆਂ ਨੂੰ ਕੁਝ ਵੀ ਨਹੀਂ ਆਪਾਂ ਬਣਾਇਦੇ ਖਾਤਰ ਤੁਸੀਂ ਮੇਰੀ ਗੱਲ ਸੁਣੋ ਨਾ ਤੁਸੀਂ ਬਚਤ ਕਰਨੀ ਸੀ ਤੁਸੀਂ ਮੇਰੀ ਖਾਤਰ ਤੁਸੀਂ ਇੰਨੇ ਵੱਡੇ ਪੈਸਿਆਂ ਨੂੰ ਤੁਸੀਂ ਰੋੜ ਦਿੱਤਾ ਤੁਸੀਂ ਰਹਿਣ ਦੇਣਾ ਸੀ ਨਾ ਯਾਰ ਤੂੰ ਪੈਸੇ ਲੱਗਣ ਲੱਗਣ ਵਾਲੀ ਚੀਜ਼ ਹੈ ਪੈਸੇ ਆਣੀ ਜਾਣੀ ਚੀਜ਼ ਹੈ ਪਿਆਰ ਮੁਹੱਬਤ ਖਲੂਸ ਦੀ ਜ਼ਿੰਦਗੀ 'ਚ ਮਿਲਦਾ ਪਾਗਲੇ ਅੱਛਾ ਹੁਣ ਤੇਰੀ ਜਿਹੜੀ ਸਹਲੀਆਂ ਆਈਆਂ ਨਾ ਉਹਨਾਂ 'ਸੇ ਇੱਕ ਇੱਕ ਸੂਟ ਤੇ ਨਾਲ ਮਠਾਈ ਦਾ ਡੱਬਾ ਮੈਂ ਕਿਹਾ ਵਾਪਸੀ ਤੇ ਸਾਰਿਆਂ ਨੂੰ ਦੇ ਹੈ ਕੰਮ ਸੋ ਸੂਟ ਗਏ ਹੀ ਮੈਂ ਐ ਨਹੀਂ ਅਸੇਹੀਆਂ ਆ ਰਹਿਣੀਆਂ ਕਿ ਪਿਆ ਪਿਆ ਹੈ ਸਿਰਫ ਸੋ ਹਜ਼ੂਰ ਵੇ ਉਹ ਇੰਨਾ ਤੇਰੀ ਭੈਣ ਦਾ ਵਿਆਹ ਹੋਇਆ ਸੀ ਨਾ ਵਰੀ ਜਿੰਨਾ ਸੂਟ ਨਹੀਂ ਸੀ ਲੱਗਾ ਜਿੰਨਾ ਮੈਂ ਤੇਰੀ ਹਸੇਲੀਆਂ ਵਾਸਤੇ ਤੈਨੂੰ ਦੇਣ ਡਿਆ ਵਾ ਖੁੱਲੇ ਖਰਚੇ ਖੁੱਲੇ ਖਰਚੇ ਸ਼ੀਰੀ ਨਹੀਂ ਖਰਚੀ ਕਰਨ ਦੀ ਕੀ ਲੋੜ ਸੀ ਤੁਸੀਂ ਇਹਨੇ ਪੈਸੇ ਤੁਸੀਂ ਬਚਾ ਲਓ ਤੇ ਸਾਡੇ ਕਿਸੇ ਕੰਮ ਦਾ ਆਜਨ ਮੇਰੇ ਮੇਰੇ ਵਾਸਤੇ ਮੈਨੂੰ ਵੈਸੇ ਵੀ ਤੁਹਾਡੇ ਪਿਆਰ ਤੇ ਯਕੀਨ ਹੈ ਕਿ ਤੁਸੀਂ ਮੇਰੇ ਦਾ ਬਹੁਤ ਪਿਆਰ ਕਰਦੇ ਹੋ ਕੀ ਲੋੜ ਸੀ ਰਹਿਣ ਦੇਣਾ ਸੀ ਨਾ ਹੈਲੋ ਸਲਾਮ ਅਲੈਕੁਮ ਜੀ ਜਮੀਲ ਭਾਈ ਕੀ ਹਾਲ ਚਾਲ ਹੈ ਠੀਕ ਠਾਕ ਹੋ ਅੱਜਾ ਬੋਸ ਉਹ ਮੈਂ ਤੁਹਾਨੂੰ ਆਰਡਰ ਦੇ ਕੇ ਗਿਆ ਸੀ ਨਾ ਹਾਟਲ ਦਾ ਹਾਲ ਵਗੈਰਾ ਤੇ ਕੇਕ ਸ਼ੇਕ ਦਾ ਉਹ ਭਾਇ ਨੂੰ ਕੈਨਸਲ ਕਰ ਦਿਓ ਹਾਂ ਜੀ ਉਹਨੇ ਨਹੀਂ ਉਹ ਦਰਅਸਲ ਨਾ ਉਹਨਾਂ ਦੇ ਨਾਲ ਵਾਲਦਾ ਬੜੀ ਸਤ ਮੇਰੇ ਬੇਗਮ ਦੀ ਬਿਮਾਰ ਹੋ ਗਈ ਟਾਡੀ ਭਾਬੀ ਦੀ ਤੇ ਉਹ ਸਾਨੂੰ ਐਮਰਜੈਂਸੀ ਜਾਣਾ ਪਿਆ ਡਾਕਟਰ ਨੇ ਜਵਾਬ ਦਿੱਤਾ ਵਾ ਤੇ જરા ਪ੍ਰੋਬਲਮ ਹੋ ਗਈ ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਅਗਲੇ ਸਾਲ ਸੋਚਾਂਗੇ ਕਰਨੀ ਹੈ ਕਿ ਨਹੀਂ ਕਰਨੀ ਹਾਂਜੀ ਉਹ ਕਰ ਦੇਣਾ ਜੀ ਉਹ ਸੂਟ ਵੀ ਕੈਨਸਲ ਕਰਾ ਦੇਣਾ ਜੀ ਜੀ ਹਾਂ ਹਾਂ ਜੀ ਬੜੀ ਮਿਹਰਬਾਨੀ ਤੇ ਉਹ ਤਲਵਾਰ ਜਿਹੜੀ ਹੈ ਨਾ ਹਾਂਜੀ ਉਹ ਵੀ ਕੈਨਸਲ ਹੀ ਹੈ ਭਾਈ ਜਾਨ ਓਕੇ ਅੱਲਾ ਫੇਜ਼ੀ ਉਹ ਸ਼ੌਹਰ ਇਹ ਕੀ ਕੀਤਾ ਜੇ ਸਿਰਫ ਉਹ ਨਹੀਂ ਕੀਤਾ ਕੀ ਮਤਲਬ ਤੂੰ ਆਪ ਕਹਿ ਰਹੀ ਕਿ ਨਾ ਖਰਚਾ ਕਿਉਂ ਕੀਤਾ ਜਾਨ ਜੀ ਦਾ ਕਿਉਂ ਕੀਤਾ ਸ਼ੇਰੀ ਤੇ ਇਹ ਤੇ ਮਤਲਬ ਮੈਂ ਵੈਸੇ ਹੀ ਗੱਲ ਕੀਤੀ ਸੀ ਨਾ ਵੈਸੇ ਹੀ ਬੰਦਾ ਕਹਿੰਦਾ ਨਾ ਨਹੀਂ ਕਿ ਮਤਲਬ ਇਖਲਾਕਨ ਕਿ ਚਲੋ ਅੱਛਾ ਰਹਿਣ ਦਿਓ ਬੰਦਾ ਕਿਸੇ ਦੇ ਘਰ ਪਰੋਣਾ ਜਦੋਂ ਜਾਂਦਾ ਹੋਵੇ ਤੇ ਮਤਲਬ ਅਗਲੇ ਪੁੱਛਦੇ ਨੇ ਕਿ ਚਾਹ ਪਾਣੀ ਤੇ ਬੰਦਾ ਸ਼ਰਮੋਗ ਸ਼ਰਮੀ ਕਹਿੰਦਾ ਨਹੀਂ ਚਲੋ ਰਹਿਣ ਦਿਓ ਇਹਦਾ ਮਤਲਬ ਹੁੰਦਾ ਹੈ ਕਿ ਹਾਂ ਲੈ ਆਓ ਤੇ ਤੂੰ ਮੇਰੇ ਕੋ ਪਰੋਣਾ ਆਈ ਹੈ ਮੈਂ ਮੈਨੂੰ ਤੂੰ ਕਹਿਣਾ ਸ਼ੇਰੀ ਤੁਸੀਂ ਸਾਰਾ ਕੁਝ ਕੈਨਸਲ ਕਰ ਦਿੱਤਾ ਤੁਸੀਂ ਮੇਰੀ ਸਾਲਗਿਰਾ ਦਾ ਕੀ ਬਣਨਾ ਮੇਰੇ ਫੋਟੋ ਮੇਰੀ ਵੱਡੀ ਕੇਕ ਉਹ ਸੈਂਟਰ ਉਹ ਉਹ ਹੁਣ ਪੇਸਟਰੀ ਅੱਥੇ ਮੰਗਾਣੀ ਮਾਦਰ ਦੀ 30 ਲਾਈ ਇੰਜ ਬਾਲੀ ਤੇ ਉਹਨੂੰ ਇੰਜ ਛੁਰੀ ਨਾਲ ਕੱਟ ਲਾਂਗੇ ਹੈਪੀ ਬਰਥਡੇ ਟੂ ਯੂ ਜਾਨ ਛੁੱਟੀ ਮੇਰੀ ਲਾਤੀ ਨਹੀਂ ਤੁਸੀਂ ਕਿਉਂ ਨਾ ਕਿਉਂ ਕੀਤੀ ਤੁਸੀਂ ਵਜਾ ਕੀ ਹੋਈ ਤੂੰ ਮੈਨੂੰ ਦੱਸ ਮੈਂ ਇੰਜ ਕਰਨ ਦੀ ਮਜ਼ਾਕ ਤੇ ਤੂੰ ਅੱਗੋਂ ਨਹੀਂ ਹੋ ਲੈ ਤੇ ਹੁਣ ਬੰਦਾ ਆਪਣੇ ਘਰ ਦੇ ਵਿੱਚ ਡਣ ਵੀ ਨਹੀਂ ਕਰ ਸਕਦਾ ਪਰ ਗੱਲ ਕਰੋ ਨਾ ਮੈਨੂੰ ਦੱਸੋ ਤੇ ਸੀ ਕਿ ਗੱਲ ਕਰਨੀ ਹੈ